ਅਸਲਾਮ ਅਲੈਕੁਮ ਬੇਲੀਓ ਕੀ ਹਾਲ ਚਾਲ ਹੈ ਖਰੀਦ ਨਾਲ ਹੈਗੀ ਉੱਥੇ ਜਨਾਬ ਮੌਜੂਦ ਹੈਗੇ ਆ ਥਲ ਹਾਰਸ ਅਕੈਡਮੀ ਦੇ ਵਿੱਚ ਉਸਤਾਦ ਜੀਵਨ ਹਯਾਤ ਜੰਮੜ ਸਾਹਿਬ ਦੀ ਅਕੈਡਮੀ ਦੇ ਵਿੱਚ ਵੀਡੀਓਜ਼ ਅੱਗੇ ਤੁਸੀਂ ਕਾਫੀ ਸਾਰੀਆਂ ਵੇਖ ਲਈਆਂ ਨੇ ਇਹਨਾਂ ਦੀਆਂ ਤੇ ਯਕੀਨਨ ਹਰ ਬੰਦੇ ਦਾ ਇਹ ਸਵਾਲ ਹੋਣਾ ਹੈ ਇਹ ਕੁਐਸਚਨ ਹੋਣਾ ਹੈ ਵੀ ਇਹਨਾਂ ਕੋਲੋਂ ਘੋੜੇ ਸੇਲ ਪਰਚੇਜ਼ ਹੁੰਦੇ ਨੇ ਕੋਈ ਵੇਚਣ ਵਾਲੇ ਘੋੜੇ ਖਲੋਤੇ ਨੇ ਤੇ ਯਕੀਨਨ ਖਲੋਤੇ ਨੇ ਔਰ ਇਹਨਾਂ ਘੋੜਿਆਂ ਦਾ ਤਾਰਫ ਕਰਾ ਦਿੰਨੇ ਆ ਇਹਨਾਂ ਦੀ ਏਜ ਉਮਰ اور డిమాండ్ ਸਾਰਾ ਕੋਈ ਦੋਸਤਾਂ ਦੇ ਨਾਲ ਸ਼ੇਅਰ ਕਰ ਦੇਣਾ ਸਤਿ ਸ਼੍ਰੀ ਅਕਾਲ ਜੀ ਜੀ ਵਾਅਲੇਕੁਮ ਸਤ ਜੀ ਆਪਣੇ ਕੋਲੋਂ ਕਿਤਨੇ ਘੋੜੇ ਫਾਰਸੀ ਲਾ ਲੈਣ ਸਰ ਘੋੜੇ 5-7 ਘੋੜੇ ਸਾਰੇ ਕੋਲ ਖਲੋਤ ਨੇ ਜੀ ਅੱਛਾ ਜੀ ਤੇ ਬਿਹਤਰੀਨ ਘੋੜੇ ਮਜ਼ਬੂਤ ਘੋੜੇ ਪੱਟੀ ਘੋੜੇ ਕੋਲ ਚੰਗੀ ਹੈ ਠੀਕ ਹੈ ਉਹਨੇ ਗਰਾਊਂਡ ਦਾ ਸ਼ਰੀਫ ਫਸਿਲ ਕੋਈ ਬਦੀ ਬੁਰਾਈ ਕੋਈ ਨਹੀਂ ਘੋੜੇ ਦੇ ਵਿੱਚ ਜੀ ਅੱਛਾ ਉਮਰ ਇਸ ਦੀ ਚਾਲ ਹੈ 4 ਹੈ 4 तकरीबन 62 ਇੰਚ ਜੀ 62 ਜੀ ਹਾਂ ਇਸ ਦੀ 15 ਲੱਖ ਰੁਪਈਆ ਡਿਮਾਂਡ ਕਰੀ ਨੇ ਅੱਛਾ ਬਾਕੀ ਮੌਕੇ ਤੇ ਜਿਹੜਾ ਹੋਸੀ ਨੇਜ਼ਬ ਬਾਜ਼ੀ ਦੇ ਨਾਲ ਕੀ ਕਰਦਾ ਨੇਜ਼ਬ ਬਾਜ਼ੀ ਦੇ ਨਾਲ ਠਫਕਾ ਘੋੜਾ ਚੰਗਾ ਟੁਰਦੇ ਜੀ ਕਦਮ ਘੋੜਾ ਚੰਗਾ ਟੁਰਦੇ ਜੀ ਸਾਡੇ ਜਿਹੜੇ ਘੋੜੀਆਂ तकरीबन ਕਦਮ ਠਫਕਾ ਹਾਂਜੀ ਚਾਰਲਸ ਨਕਸ਼ਾ ਖੂਬਸੂਰਤ ਬਣਾ ਕੇ ਟੁਰਸੇ ਨੇ ਇਨਸ਼ਾਅੱਲਾ ਮਤਲਬ ਕਿ ਚੰਡੇ ਹੋਏ ਘੋੜੇ ਜਿਹਨਾਂ ਲਾ ਸਕਦੇ ਆ ਭਈ ਉਹ ਕੋਈ ਪਿਛਾ ਵਾਲੀ ਕਸਰ ਨਹੀਂ ਹੈ ਬਿਜਾਇਜ ਨਹੀਂ ਹੈ ਤੁਹਾਡੇ ਘੋੜਿਆਂ ਦੇ ਵਿੱਚ ਇਨਸ਼ਾਅੱਲਾ ਕੋਈ ਨਹੀਂ ਇਨਸ਼ਾਅੱਲਾ ਕੋਈ ਨਹੀਂ ਹਾਂਜੀ ਡਿਮਾਂਡ ਕੀ ਦਸੀ ਨੇ ਜੀ ਡਿਮਾਂਡ ਸਾਡੀ ਇਸ ਦੀ 15 ਲੱਖ ਰੁਪਏ ਹੈ 15 ਲੱਖ ਜੀ ਹਾਂ ਮੌਕੇ ਤੇ ਵਾਤ ਆਦਮੀ ਡਿਸਕਾਊਂਟ ਹੋਗਾ ਜੇ 15 ਲੱਖ ਰੁਪਏ ਡਿਮਾਂਡ ਹੈ ਔਰ ਡਿਸਕਾਊਂਟ ਲਾਜ਼ਮੀ ਗੱਲ ਹੈ ਕਿ ਇਹਦੇ ਵਿੱਚ ਹੋ ਜਾਏ ਜੀ ਪਿਆਰ ਮੁਹੱਬਤ ਵਾ ਜਿਹੜੇ ਦੋਸਤ ਆਂਦੇ ਲੱਗਦੇ ਹੁੰਦੇ ਨੇ ਸਾਰੇ ਘੋੜਾ ਨਹੀਂ ਜੀ ਇਹ ਤਾਂ ਡਿਮਾਂਡ ਹੁੰਦੀ ਹੈ ਨਾ ਜੀ ਮੁਨਾਸਿਬ ਉਹਨਾਂ ਨਾਲ ਮੁਨਾਸਿਬ ਬਾਰਗੇਨਿੰਗ ਜਿਹੜੀ ਹੈ ਉਹ ਹਰ ਸ਼ਾਇਦ ਹਿੱਸਾ ਉਹ ਲਾਜ਼ਮੀ ਹਰ ਸੌਦੇ ਦਾ ਹਿੱਸਾ ਬਾਰਗੇਨਿੰਗ ਤੇ ਹੁੰਦੀ ਹੈ ਲੇਕਿਨ ਡਿਸਕਾਊਂਟ ਇਹਦੇ ਵਿੱਚ ਹੋਵੇ ਸੀ ਮਜ਼ਬੂਤ ਘੋੜਾ ਹੈ ਤਾਂ ਪਹਿਲਾਂ ਤੋਂ ਸਾਫ਼ ਹੈ ਬੇਅਬ ਜੀ ਬੇਤਰੋਵ ਜਲ ਬੁੱਧ ਲੈ ਬਣੇ ਕਿਨਾ ਹਸਨ ਉਸਨ ਉਹ ਰੇ ਫੁੱਲੇ ਨੂੰ ਉਸ ਘੋੜੇ ਦੇ ਬਾਰੇ ਦੱਸੋ ਜੀ ਸਰ ਪੁੱਲਾ ਪੰਜ ਕਲਿਆਣ ਜੀ ਅੱਛਾ ਇਸ ਦੀ ਉਮਰ 5.5 ਸਾਲ ਹੈ ਜੀ ਅੱਛਾ ਨਜ਼ਾਬਾਜ਼ੀ ਅੱਛੀ ਕਰਦਾ ਹੈ ਘੋੜਾ ਠਪਕਾ ਵੀ ਘੋੜਾ ਟੁਰਦੇ ਚੜੀ ਜਾਹ ਤੇ ਟੁਰਦੇ ਡੋਰੀ ਚ ਟੁਰਦੇ ਜੀ ਅੱਛਾ ਅੱਛਾ ਘੋੜੇ ਜੀ ਅੱਛਾ ਇਸ ਦੇ ਕੋਈ ਡੇਟੇ ਦਾ ਪਿੱਛੂ ਨਹੀਂ ਪਤਾ ਹਾਂ ਕਹੇ ਦੋਸਤਾਂ ਨੂੰ ਭੇਜੇ ਜੀ ਹਾਂ ਜੀ ਇਸ ਦੀ ਜਨਾਬੇਲੀ 6 ਲੱਖ ਰੁਪਇਆ ਡਿਮਾਂਡ ਕਰੀਂਦੇ ਪੈ ਅੱਛਾ ਮੌਕੇ ਤੇ ਜਿਹੜਾ ਹੋਸੀ ਉਸ ਦਾ ਕਾਂਡ ਦੇ ਵਿੱਚ ਲਕੀਰ ਵੀ ਹੈ ਕਾਂਡ ਦੇ ਵਿੱਚ ਲਕੀਰ ਜਾਦਪੁਰ ਚਲ ਕਾਲਾ ਕਾਂਡ ਦੇ ਵਿੱਚ ਲਕੀਰ ਬਾਕੀ ਇੱਥੇ ਲੇ ਦੌਲਤੋਂ ਤੇਜ ਦੇ ਨਿਸ਼ਾਨ ਦਾਗ ਜੀ ਦਾਗ ਪੰਜ ਕਿਲਿਆਣ ਪੁੱਲਾ ਪੰਜ ਕਿਲਿਆਣ ਪੁੱਲਾ ਪੰਜ ਕਿਲਿਆਣ ਨਜ਼ਾਬਾਦ ਹੈ ਹੱਥ ਪੈਰਾਂ ਤੱਕ ਹੀ ਬਿਲਕੁਲ ਸਾਫ਼ ਜੀ ਹੈ ਸਾਹਮਣੇ ਨਜ਼ਰ ਆਂਦਾ ਪਿਆ ਜੀ ਠੀਕ ਹੋ ਗਿਆ 6 ਲੱਖ ਰੁਪਇਆ ਡਿਮਾਂਡ 6 ਲੱਖ ਰੁਪਇਆ ਦੀ ਡਿਮਾਂਡ ਹੈ ਜੀ ਬਾਕੀ ਦੋਸਤਾਂ ਨਾਲ ਪਿਆਰ ਮੁਹੱਬਤ ਜਿਹੜਾ ਮੌਕਾ ਤੇ ਹੋਸੀ ਰਾਬਤਾ ਨੰਬਰ ਠੀਕ ਹੋ ਗਿਆ ਹੋ ਗਿਆ ਚਲੋ ਲੈ नेक्स्ट मुलाकात इंशाल्लाह सही मौसम के परसाई जी में मद्दू यात्रा को तो ते तेले मद्दू ते यात्रा को तो जी बहुत तरह पर थोपते करे आप पर थोड़ी ना झोपते करे ना ये नोबल कोया था बच्चे जी नोबल असो डाल ना एथो मोड़ लो एथा मोड़ गिन पछा असो तो डॉक्टर के नोबल कोया ਇਹ ਹੀ ਫਰਮੇ ਸਾਲ ਦਾ ਫੋਨਰ ਪ੍ਰੋਜੈਕਟ ਹੈ ਗੋਲ ਵਰਕ ਦਾ ਸਾਲ ਦਾ ਫੋਨਰ ਗੋਲ ਬਹੁਤ ਪਾਲੀ ਜੇ ਹੁਣ ਮਾਝੀ ਅਸਰ ਫਰਮ ਫੋਨਰ ਗੋੜ ਗਿੱਟੇ ਨਾਵਾ ਕੀ ਹੈ ਇਹ ਚਾਰ ਹੈ ਜੀ ਉਸਤਾ ਜੀ ਇਸ ਘੋੜੇ ਦੀ ਕਿ ਉਮਰ ਹੈ ਜੀ ਇਹ ਸਰ ਘੋੜਾ ਹੁਣ 8ਵੇਂ ਸਾਲ ਚ ਦਾਖਲ ਹੋਇਆ ਜੀ ਅੱਛਾ ਸ਼ਰੀਫ ਅਸੀਲ ਨਜ਼ਾਬਾਜ਼ ਘੋੜਾ ਹੈ ਬਹੁਤ ਹੀ ਸ਼ਰੀਫ ਘੋੜਾ ਜੀ ਅੱਛਾ ਸਿਰੇ ਦਾ ਡੱਕ ਦਾ ਪੱਟੀ ਦਾ ਬੜਾ ਸਾਫ ਸੁਥਾ ਜੀ ਚਾਲ ਘੋੜੇ ਕੋਲ ਚੰਗੀ ਹੈ ਅੱਛਾ ਇਹ ਫਖਰ ਇਕਬਾਲ ਦਾ ਬੱਚਾ ਹੈ ਜੀ ਅੱਛਾ ਤੇ ਉਮਰ ਦੀ ਹੁਣ 8ਵੇਂ ਸਾਲ ਚ ਵਹਿੰਦਾ ਪਿਆ ਜੀ ਅੱਛਾ ਇਹ ਇਸ ਦੀ ਡਿਮਾਂਡ ਅਸਾਂ ਕਰੀ ਨੇ ਜਨਾਬੇ ਲਈ 20 ਲੱਖ 20 ਲੱਖ ਰੁਪਏ ਜੀ ਹਾਂ ਮناسب ਹੋ ਜਿਹੜੀ ਉਸੇ ਕਰ ਗਏ ਸਾਂ ਇਹਦਾ ਕਦ ਕਿਤਨਾ ਹੈ ਇਸਦਾ ਕਦ ਪਰਫੈਕਟ ਬੈਠ ਹੈ ਇਨ ਕਿ ਕੋਈ ਸੂਤਰ ਜ਼ਿਆਦਾ ਉਸੇ ਘੱਟ ਕੋਈ ਨਹੀਂ ਜੀ ਅੱਛਾ ਅੱਛਾ ਇਹ ਤੁਹਾਡਾ ਜਿਹੜਾ ਤੁਸੀਂ ਕਦ ਦਸਾਉਂਦੇ ਪਏ ਸੁੰਮ ਪਾਕ ਜੀ ਇਹ ਸੁੰਮ ਸਮੇਂ ਦੀ ਜ਼ਮੀਨ ਹਾਂ ਸੁੰਮ ਸਮੇਂ ਦੀ ਜ਼ਮੀਨ ਠੀਕ ਹੋ ਗਿਆ ਬਿਹਤਰ ਦਿਨਾਰ ਵੀ ਹੈ ਦੀ ਛਾਪੇ ਜੀ ਹਾਂ ਛੋਟੇ ਛੋਟੇ ਥਾਪੇ ਛਾਪੇ ਦਿਨਾਰੇ ਬਹੁਤ شریف ਖੂਬਸੂਰਤ ਤੁਹਾਡੇ ਸਾਹਮਣੇ ਨਜ਼ਰ ਆਉਂਦਾ ਪਿਆ ਜੀ ਜੀ ਇਹ ਟੋੜੋ ਪੁੱਤਰ ਥੋੜਾ ਜਿਹਾ ਫਰਾਨਾ ਟੋੜੋ ਜੀ ਫ थान ਦਾ شریف ਘੋੜੇ ਜਿਹੜੇ ਸਾਡੇ ਕੋਲ ਹੈ ਨਾ ਜੀ ہاں ਥਾਨ ਤੋਂ ਘਨ ਕੇ ਇਨਸ਼ਾਅੱਲਾ ਡਾਕਟਰ شریف ਹੋਸਨ ਕਿਲੇ ਤੋਂ ਘਨ ਕੇ ਡਾਕਟਰ ਉਹ ਵੇਖੋ ਨਾ ਜੀ ਉਹ ਤੁਹਾਡੇ ਕੋਲ ਤੇ ਜਿਹੜਾ ਘੋੜਾ ਵੈਣਾ ਤਾਂ ਉਹ ਉਹ ਪਿੱਛੇ ਕਸਰ ਕੋਈ ਨਹੀਂ ਹੋਣੀ ਉਹਦੇ ਵਿੱਚ ਹਾਂ ਉਸਤਾਦੀ ਕੁਲੀਆਂ ਵਾਲੀ ਸਿਖਾਉਣ ਵਾਲੀ ਨਜ਼ਾਬਾਦ ਪੱਟੀ ਹਰ ਤਰੀਕੇ ਦਾ ਘੋੜਾ ਤੁਹਾਡੇ ਕੋਲ ਤਾਂ ਤਿਆਰ ਘੋੜਾ ਮਿਲਣਾ ਜੀ ਜਿਸ ਦੋਸਤ ਵੀ ਪਰਚੇ ਕਰ ਲਾ ਜਿਹੜੀ ਗੱਲ ਕਰੈ ਸੋ ਜਿਹੜੀ ਗਰੰਟੀ ਦੇਸੂ ਇਨਸ਼ਾਅੱਲਾ ਉਸਤੇ ਪੂਰਾ ਹਦਸੂ ਜੀ ਅੱਛਾ ਜੀ ਤੇ ਡਿਸਕਾਊਂਟ ਡਿਸਕਾਊਂਟ ਮੁناسب ਕਰ ਗਏ ਸੈਂ ਜਿਹੜਾ ਘੋੜੇ ਦੇ ਮੂੰਹ ਤੇ ਪਹੁੰਚਣ ਕੋਈ ਦੋਸਤ ਪਿਆਰ ਮੁਹਬਤ ਨਾਲ ਗਿੰਸੀ ਤੋਸਨ ਕਰ ਗਏ ਸੈਂ اچھا ਠੀਕ ਠੀਕ ਹੋ ਗਿਆ ਜੀ ਵੇਖੋ ਬੜੀ ਅੱਛੀ ਗੱਲ ਹੈ ਔਰ ਜੇਸ ਬੰਦੇ ਇਹ ਰੇਟ ਮੁਨਾਸਬ ਲਾਇਆ ਤਾਂ ਯਕੀਨਨ ਸੌਦਾ ਫਾਈਨਲ ਇਨਸ਼ਾਅੱਲਾ ਫੈਨ ਹੋਦ ਵਿੱਚ ਹੋ ਗਏ ਜੀ ਸੌਦੇ ਬਾਅਦ ਅਸਾਂ ਕੀਤੀ ਕਰਾਉਣੇ ਜੀ ਹਾਂਜੀ ਸ਼ੌਕੀਨ ਇਨਸਾਫ ਕਰੇ ਨਾ ਜੀ ਮੈਰਿਟ ਕਰੇ ਸੌਦਾਬਾਜ਼ੀ ਨਾ ਕਰੇ ਮੈਰਿਟ ਕਰੇ ਤਾਂ ਅਸਾਂ ਦੂਜੀ ਗੱਲ ਕਰਾਣੀ ਕੀਤੀ ਜੀ ਇਨਸ਼ਾਅੱਲਾ ਦੇ ਦੇਸ ਬਿਹਤਰ ਹੋਵੇ ਬਿਹਤਰ ਹੋਵੇ ਅਸਾਂ ਦੀ ਜਿਹੜੀ ਕੋਸ਼ਿਸ਼ ਹੈ ਇਸ ਸ਼ੌਕ ਨੂੰ ਪ੍ਰਮੋਟ ਕਰਨ ਦੀ ਹਾਂਜੀ ਕਾਫੀ ਅਸਾਂ ਦੋਸਤਾਂ ਨਾਲ ਕਰੀਂਦੇ ਆਂ ਜੀ ਜਿੰਨਾ ਪਿਆਰ ਮੁਹੱਬਤ ਸਤ ਹੋ ਸਕਦਾ ਹੈ ਜੀ ਜੀ ਤੇ ਉਹਨਾਂ ਦੀ ਰਹਿਨਮਾਈ ਕਰੀ ਨੇ ਹਾਂ ਜੀ ਇਹਨੂੰ ਐਜ਼ ਅ ਬਰੀਡਰ ਵੀ ਰੱਖਿਆ ਜਾ ਸਕਦਾ ਹੈ ਜੀ ਇਹ ਬਿਲਕੁਲ ਐਜ਼ ਅ ਬਰੀਡਰ ਵੀ ਰੱਖਿਆ ਜਾ ਸਕਦਾ ਹੈ ਬਿਹਤਰੀਨ ਬਲੱਡ ਇਹ ਫਖਰ ਇਕਬਾਲ ਦਾ ਬੱਚਾ ਹੈ ਫਖਰ ਇਕਬਾਲ ਖਾਜਾ ਫਖਰ ਜਹਾਂ ਦੇ ਕੁਲੇ ਦਾ ਬੱਚਾ ਹੈ ਜੀ ਅੱਛਾ ਇਸ نسل ਦਾ 400 ਸਾਲ ਦਾ ਰਿਕਾਰਡ ਹੈ ਮਾਨੀ ਸ਼ਰੀਫ ਅਲਕੋਲ ਜੀ ਅੱਛਾ ਇਹ ਜਿਹੜੇ ਪੂਰੀਆਂ ਦੇ ਕੋਲ ਘੋੜੇ ਘੋਟੇ तकरीबन ਇਸੇ ਬਲੱਡ ਲਾਈਨ ਵਿੱਚ ਹੁੰਦੇ ਨੇ ਅੱਛਾ ਸਾਰੇ ਇਸੇ ਬਲੱਡ ਸਾਰੇ तकरीबन ਇਸੇ ਬਲੱਡ ਲਾਈਨ ਵਿੱਚ ਹੁੰਦੇ ਨੇ ਠੀਕ ਠੀਕ ਤੇ ਬਹੁਤ ਹੀ ਅੱਛਾ ਘੋੜਾ ਸ਼ਰਾਫ

ਅ ਫਿਰ ਖਰਚੇ ਖਰਚਰਾਜਾਤ ਕਰਨੇ ਪਾਉਂਦੇ ਨੇ ਔਰ ਤਿਆਰ ਕੀਤੇ ਕਿਤਾਏ ਘੋੜੇ ਜਨਾਬ ਉਸਤਾਦ ਉਹਨਾਂ ਕੋਲ ਅਵੇਲੇਬਲ ਨੇ ਬਿਲਕੁਲ ਇਨਸ਼ਾਅ ਘੋੜੀਆਂ ਦੇ ਵੀ ਕੋਈ ਇਹਨਾਂ ਤੁਹਾਡੇ ਕੋਲ ਘੋੜੀਆਂ ਸਰ ਨਹੀਂ ਕੋਈ ਨਹੀਂ ਸਾਰੇ ਕੋਲ ਘੋੜੀਆਂ ਜੀ ਅੱਛਾ ਤੇ ਘੋੜੇ ਇਹ ਸਾਰੇ ਕੋਲ ਚੁਕੇ ਘੋੜੇ ਜ਼ਿਆਦਾ ਹੁੰਦੇ ਨੇ ਬਤ ਘੋੜੀ ਇੱਥੇ ਨਾਲ ਮਸਾਇਲ ਨੇ ਅਲੈਦਾ ਰੱਖਣਾ ਹੈ ਸਿੱਕੀ ਨਹੀਂ ਰੱਖਣਾ ਇਹ ਘੋੜੇ ਹਨ ਜੀ ਇਸ ਤੋਂ ਇਲਾਵਾ ਹੋਰ ਕਿਤਨੇ ਘੋੜੇ ਤੁਹਾਡੇ ਕੋਲ ਫਾਰਸੀ ਵਾਲੇ ਘੋੜੇ ਸਾਰੇ ਕੁਲ 5-6 ਘੋੜੇ ਖਲੋਤਨ ਫਾਰਸੀ ਜੀ ਮੁਸਕੇ 5 ਕਲਿਆਣ ਖਲੋਤਨ ਅੱਛਾ ਕੁਲਾ 5 ਕਲਿਆਣ ਖਲੋਤਾ ਹੈ ਇਹ ਨੁਕਰਾ ਖਲੋਤੇ ਜੀ ਹੋਰ ਸਾਈਡ ਤੇ ਦੋਸਤ ਆਹਬਾਬ ਕੋਲੀ ਖਲੋਤਨ ਘੋੜੇ ਜੀ ਮਤਲਬ ਅੱਛੀ ਵੈਰਾਈਟੀ ਜਿਹੜੀ ਅੱਛੀ ਵੈਰਾਈਟੀ ਦੇ ਅੱچھے ਤੋਂ ਅੱچھے ਘੋੜੇ ਖਲੋਤਨ ਹਰ ਕਿਸਮ ਦਾ ਘੋੜਾ ਬਿਹਤਰ ਹੈ ਜੀ ਜਿਸ ਬੰਦੇ ਪਰਚੇਸ ਕਰਨਾ ਹੈ ਉਹ ਉਸਤਾਦ ਨੂੰ ਤਸ਼ਰੀਫ ਲਿਆਵੇ ਇੱਥੇ ਤਸ਼ਰੀਫ ਲਿਆ ਕੇ ਆਪਣੀ ਤਸੱਲੀ ਕਰਕੇ ਹਰ ਤਰੀਕੇ ਦਾ ਗਰਾਊਂਡ ਮਾਸ਼ਾਅੱਲਾ ਕੁਲਾ ਉਸਤਾਦ ਦਾ ਨਕਲਾ ਹ ਇਥੇ ਆਪਣਾ ਜਾਨਵਰ ਪਰਚੇਜ਼ ਕਰਕੇ ਲੈ ਕੇ ਜਦੋਂ ਬਾਕੀ ਵੀਡੀਓ ਕਿਵੇਂ ਦੀ ਲੱਗੀ لازمی ਦੱਸਣਾ ਚੈਨਲ ਨੂੰ ਸਬਸਕ੍ਰਾਈਬ لازمی ਕਰਨਾ ਤੇ ਇਨਸ਼ਾਅੱਲਾ ਅੱਛੇ ਅੱਛੇ ਸ਼ੌਕ ਤਾਜ਼ੀਦਾਰੇ ਔਰ ਉਸਤਾਦਾਂ ਨਾਲ ਮੁਲਾਕਾਤ ਜਾਰੀ ਰਹੇਗੀ ਰਬ ਰਾਖਾ ਮੋਸਟ